ਹਾਂ ਤੁਸੀਂ ਆਪ ਹੀ ਸੁਣ ਲਓ ਬਈ, ਜਿਹੜੇ ਇੱਥੋਂ ਦੇ ਨਿੱਤ ਜਵਾਕ ਜਿਹੜੇ ਚਲੇ ਕਬਾੜ ਚੁੱਕ ਕੇ ਗੁਜ਼ਾਰਾ ਕਰਦੇ ਨੇ, ਉਹ ਸਾਰੇ ਨਿੱਤੇ ਨੂੰ ਦੇਖਦੇ ਨੇ, ਸਾਰੇ ਸਾਨੂੰ ਆਪ ਹੀ ਦੱਸ ਰਹੇ ਆ ਕਿ ਬਈ ਇਹ ਰੋਜ਼ ਇਹ ਪਤਾ ਨੀ ਕਿਹੜਾ ਕਾਲੂ ਆ, ਪ੍ਰਸ਼ਾਸਨ ਨੂੰ ਬਰਨਾਲੇ ਦੇ ਨੂੰ ਦੇਖਣਾ ਚਾਹੀਦਾ, ਬਰਨਾਲੇ ਦੇ ਕੰਡਕਟਰ ਵੀ ਕਹਿੰਦੇ ਰੋਜ਼ ਦਾ ਕੰਮ ਆ ਯਾਰ, ਜੇ ਰੋਜ਼ ਦਾ ਕੰਮ ਆ ਤਾਂ ਸਮਝਾਵੋ ਯਾਰ ਤੁਸੀਂ ਆਪਣੇ ਬੱਚਿਆਂ ਵਰਗਾ ਬੱਚਾ, ਕੰਡਕਟਰ ਨੂੰ ਸ਼ਰਮ ਆਉਣੀ ਚਾਹੀਦੀ ਆ, ਸ਼ਰਮ ਦਾ ਘਾਟਾ ਮੰਨੋ ਯਾਰ ਤੁਸੀਂ। ਦੋ ਸਿਗਨੇਚਰ ਕਰਵਾਤੇ ਤੈਨੂੰ ਹੈ, ਉਮਰ ਕਿੰਨੀ ਆ ਤੇਰੀ? 9 ਸਾਲ ਦੀ ਉਮਰ ਹੈ ਤੇਰੀ ਹੈ, ਕਿਹਨੇ ਲਾਇਆ ਤੈਨੂੰ ਖਾਣ? ਕਾਲੂ ਸਾਨੂੰ ਮਿਲਾਏਗਾ ਪੱਕਾ? ਦੋ ਸਿਗਨੇਚਰ ਕਰਦੇ ਹੋਏ ਨੇ ਤੇ ਮੂੰਹ ਚੋਂ ਗੁਟਕਾ ਨਿਕਲਿਆ ਹਨਾ, ਕੂਲਿਪ ਵੀ ਲਾਉਣ ਤੂੰ ਹੈ? ਕੂਲਿਪ ਨੀ ਖਾਂਦਾ ਹੈ, ਗੁਟਕਾ ਖਾਂਦਾ। ਸ਼ਰਮ ਕਰ ਲਓ ਲੋਕੋ, ਵਿਊਜ਼ ਲਈ ਬੱਚਾ ਬਦਨਾਮ ਕਰਤਾ, 6 ਸਾਲਾਂ ਦਾ ਬੱਚਾ ਕਿਵੇਂ ਕਰ ਸਕਦਾ ਹੈ ਘਨੌਣਾ ਕੰਮ? ਖਬਰਾਂ ਬਣਾਉਣ ਤੋਂ ਪਹਿਲਾਂ ਛਾਨਬੀਨ ਜ਼ਰੂਰੀ ਕਰ ਲਿਆ ਕਰੋ। ਤੇ ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਸੀ, ਜਿਸ ਦੇ ਉੱਤੇ ਲਿਖਿਆ ਸੀ ਕਿ ਪੰਜਾਬ ਦਾ ਬੁਰਾ ਹਾਲ ਹੈ, ਇੱਥੇ ਤਾਂ ਹੁਣ ਬੱਚੇ ਵੀ ਨਸ਼ੇ ਕਰਨ ਲੱਗ ਗਏ ਨੇ। ਦਰਅਸਲ ਤੁਹਾਨੂੰ ਦੱਸ ਦਈਏ ਕਿ ਬੱਚਾ ਨਸ਼ੇ ਨਹੀਂ ਕਰਦਾ, ਉਹ ਜੋ ਤਸਵੀਰਾਂ ਦੇ ਵਿੱਚ ਦੇਖ ਰਿਹਾ ਹੈ ਤੁਹਾਨੂੰ ਝੂਲਦਾ ਹੋਇਆ ਇੱਧਰ ਉੱਧਰ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੋਵੇਗਾ। ਹੁਣ ਇਸਦੇ ਮਾਂ ਬਾਪ ਸਾਹਮਣੇ ਆਏ ਨੇ ਤਾਂ ਉਹਨਾਂ ਦੇ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕਰ ਰਹੇ ਨੇ ਜਿਨ੍ਹਾਂ ਨੇ ਇਹਨਾਂ ਦੇ ਬੱਚੇ ਨੂੰ ਬਦਨਾਮ ਕੀਤਾ ਹੈ। ਅਤੇ ਤੁਹਾਨੂੰ ਦੱਸ ਦਈਏ ਕਿ ਮਾਂ ਬਾਪ ਦਾ ਕਹਿਣਾ ਹੈ ਕਿ ਜਿਹੜਾ ਬੱਚਾ ਹੈ ਇਹ ਬਚਪਨ ਤੋਂ ਹੀ ਦਿਮਾਗੀ ਤੌਰ 'ਤੇ ਬਿਮਾਰ ਹੈ, ਕਮਜ਼ੋਰ ਹੈ, ਜਿਸ ਕਰਕੇ ਅਜਿਹੀਆਂ ਹਰਕਤਾਂ ਕਰਦਾ ਹੈ। ਪਰ ਜਿਨ੍ਹਾਂ ਨੇ ਵਿਊਜ਼ ਲੈਣੇ ਆ, ਜਿਨ੍ਹਾਂ ਨੇ ਪੰਜਾਬ ਨੂੰ ਬਦਨਾਮ ਕਰਨਾ ਹੈ, ਉਹਨਾਂ ਦੇ ਵੱਲੋਂ ਇਹ ਵੀਡੀਓ ਬਣਾਈ ਗਈ। ਵੀਡੀਓ ਦੇ ਉੱਤੇ ਲਿਖਿਆ ਗਿਆ ਕਿ ਪੰਜਾਬ ਦੇ ਵਿੱਚ ਦੇਖੋ ਕੀ ਹੋ ਰਿਹਾ ਹੈ, ਅਤੇ ਉਸ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ ਗਿਆ। ਅਤੇ ਇਹ ਲੋਕ ਹੋਰ ਕੋਈ ਨਹੀਂ, ਪੰਜਾਬ ਦੇ ਵਿਰੋਧੀ ਨੇ। ਤਾਂ ਤਸਵੀਰਾਂ ਤੁਹਾਨੂੰ ਜਿਹੜੀਆਂ ਦਿਖਾ ਰਹੇ ਹਾਂ ਪੁਲਿਸ ਪ੍ਰਸ਼ਾਸਨ ਦੇ ਕੋਲ ਪਹੁੰਚ ਗਈਆਂ, ਜਿਸ ਤੋਂ ਬਾਅਦ ਮਾਪਿਆਂ ਨੂੰ ਸੱਦਿਆ ਗਿਆ। ਤਾਂ ਮਾਪਿਆਂ ਨੇ ਦੱਸਿਆ ਕਿ ਉਹਨਾਂ ਦਾ ਜਿਹੜਾ ਬੱਚਾ ਹੈ ਉਹ ਬਿਲਕੁਲ ਦਿਮਾਗ ਤੋਂ ਜਿਹੜਾ ਕਮਜ਼ੋਰ ਹੈ, ਜਿਸ ਕਰਕੇ ਉਹ ਅਜਿਹੀਆਂ ਹਰਕਤਾਂ ਕਰਦਾ ਹੈ। ਤਾਂ ਸੋਸ਼ਲ ਮੀਡੀਆ 'ਤੇ ਕੋਈ ਵੀ ਅਜਿਹੀ ਵੀਡੀਓ ਪਾਉਣ ਤੋਂ ਪਹਿਲਾਂ ਦੇਖ ਲਿਆ ਕਰੋ। ਪੁਲਿਸ ਨੇ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਜਿਹੀਆਂ ਫੇਕ ਵੀਡੀਓਜ਼ ਤੁਸੀਂ ਸੂਬੇ ਦੇ ਉੱਤੇ ਜਾਂ ਫਿਰ ਕਿਸੇ ਪਰਸਨਲ ਟਾਰਗੇਟ ਨੂੰ ਕਰਕੇ ਤੁਸੀਂ ਇੱਦਾਂ ਵੀਡੀਓਜ਼ ਪਾਓਗੇ ਤਾਂ ਤੁਹਾਡੇ 'ਤੇ ਪਰਚਾ ਦਰਜ ਹੋ ਸਕਦਾ ਹੈ। ਤਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹਰੇਕ ਚੀਜ਼ ਸੱਚ ਨਹੀਂ ਹੁੰਦੀ, ਇਹ ਮੋਰ ਇਸ ਖਬਰ ਦੇ ਵੱਲੋਂ ਲਗਾਈ ਗਈ ਹੈ। ਕਿਉਂਕਿ ਕੁਝ ਦਿਨ ਪਹਿਲਾਂ ਜੇਕਰ ਤੁਸੀਂ ਇਹ ਵੀਡੀਓ ਦੇਖਦੇ, ਤੁਸੀਂ ਕਹਿਣਾ ਸੀ ਕਿ ਪੰਜਾਬ ਦਾ ਦੇਖੋ ਕਿੱਡਾ ਬੁਰਾ ਹਾਲ ਹੈ, ਬੱਚੇ ਵੀ ਨਸ਼ੇ ਕਰਨ ਲੱਗ ਪਏ। ਪਰ ਹੁਣ ਜਿਹੜੀ ਸਪਸ਼ਟੀਕਰਨ ਸਾਹਮਣੇ ਆਇਆ ਹੈ, ਮਾਂ ਬਾਪ ਰਿਪੋਰਟਾਂ ਲੈ ਕੇ ਆਏ ਆ ਬੱਚਿਆਂ ਦੀ ਨਾਲ, ਤਾਂ ਪਤਾ ਚੱਲਿਆ ਕਿ ਬੱਚਾ ਤਾਂ ਦਿਮਾਗੀ ਤੌਰ 'ਤੇ ਕਮਜ਼ੋਰ ਹੈ, ਇਸਨੇ ਨਸ਼ਾ ਨੁਸ਼ਾ ਕੋਈ ਨਹੀਂ ਕੀਤਾ। ਤਾਂ ਬਸ ਪੰਜਾਬ ਦੇ ਵਿਰੋਧੀ ਜਿਹੜੇ ਵਿਊਜ਼ ਲਈ ਭੱਜਦੇ ਨੇ, ਉਹਨਾਂ ਦੇ ਵੱਲੋਂ ਇਹ ਖਬਰ ਚਲਾਈ ਗਈ ਅਤੇ ਬੱਚੇ ਨੂੰ ਬਦਨਾਮ ਕੀਤਾ ਗਿਆ। ਮੇਰਾ ਨਾਮ ਰਕੇਸ਼ ਆ ਜੀ, ਆ ਜਿਹੜਾ ਬੇਟਾ ਗਾ ਮੇਰੇ ਛੋਟੇ ਬ੍ਰਦਰ ਦਾ ਬੇਟਾ ਗਾ, ਇਸਦਾ ਨਾਮ ਆ ਤਨਿਸ਼। ਇਹ ਜਦੋਂ ਬਚਪਨ 'ਚ ਪੈਦਾ ਹੋਇਆ ਸੀ ਉਦੋਂ ਦਾ ਹੀ ਬਿਮਾਰ ਸੀ, ਲਗਾਤਾਰ 2.5-3 ਸਾਲ ਬਿਮਾਰ ਰਿਹਾ। 20-22 ਦਿਨ ਦਾ ਖੁਰਾਨਾ ਹੋਸਪਿਟਲ ਸਰਤੇ ਦਾਖਲ ਰਿਹਾ ਜੀ, ਆ ਡੱਬਾ ਵਾਲੀ ਰੋਡ 'ਤੇ ਖੁਰਾਨਾ ਹੋਸਪਿਟਲ ਆ, ਉੱਥੇ ਦਾਖਲ ਰਿਹਾ। ਇਹ ਮੈਂਟਲੀ ਅਪਸੈਟ ਆ ਜੀ, ਮੰਦਬੁੱਧੀ ਟਾਈਪ ਦਾ ਬੱਚਾ ਗਾ, ਨਾ ਸਕੂਲ ਪੜ੍ਹਨ ਲੱਗਦਾ ਜੀ। ਜਦੋਂ ਅਸੀਂ ਕੰਮ 'ਤੇ ਚਲੇ ਜਾਂਦੇ ਹਾਂ, ਅਸੀਂ ਕਿਰਾਏ 'ਤੇ ਰਹਿੰਦੇ, ਬਹੁਤ ਅਸੀਂ ਗਰੀਬ ਪਰਿਵਾਰ ਤੋਂ ਸੰਬੰਧ ਰੱਖਦੇ ਹਾਂ। ਇਹ ਪਿੱਛੋਂ ਭੱਜ ਜਾਂਦਾ ਜੀ ਬੱਸ ਸਟੈਂਡ 'ਤੇ, ਜਵਾਕਾਂ ਨਾਲ ਖੇਡਦਾ ਗਾ, ਕਿਸੇ ਨੇ ਇਹਦੀ ਵੀਡੀਓ ਵਾਇਰਲ ਕਰਦੀ, ਨਸ਼ਾ ਕਰਦਾ ਗਾ। ਇਹ ਮੰਦਬੁੱਧੀ ਹੈਗਾ ਜੀ, ਇਹਦਾ ਢੰਗ ਨਾਲ ਬੋਲਿਆ ਵੀ ਨਹੀਂ ਜਾਂਦਾ। ਸਾਨੂੰ ਜਦੋਂ ਚੌਂਕੀ ਜੱਜ ਸਾਹਿਬ ਦਾ ਫੋਨ ਗਿਆ, ਅਸੀਂ ਇਹਨਾਂ ਦਾ ਫੋਨ ਸੁਣ ਕੇ ਆਏ ਵੀ ਤੁਹਾਡੇ ਬੱਚੇ ਦੀ ਵੀਡੀਓ ਵਾਇਰਲ ਹੋਈ, ਸਾਨੂੰ ਤਦ ਪਤਾ ਲੱਗਿਆ ਜੀ ਇਹਦਾ ਨਾਮ ਹੈਗਾ ਤਨਿਸ਼ ਕੁਮਾਰ, ਮੰਦਬੁੱਧੀ ਹੈ ਜੀ। ਆ ਸਾਡੇ ਇੱਕ ਅੱਜ ਸਾਨੂੰ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ, ਜਿਹਦੇ ਵਿੱਚ ਇੱਕ ਛੋਟਾ ਬੱਚਾ ਬਾਰੇ ਦੱਸਿਆ ਜਾ ਰਿਹਾ ਸੀ ਕਿ ਉਹ ਨਸ਼ਾ ਕੀਤਾ ਹੋਇਆ ਨੇ। ਬਟ ਅਸੀਂ ਉਹਦੇ ਸੰਬੰਧੀ ਉਹਦੀ ਭਾਲ ਕਰਦੇ ਕਰਦੇ, ਮਤਲਬ ਲੋਕਾਂ ਨੂੰ
ਫੋਟੋ ਵਗੈਰਾ ਦਿਖਾ ਕੇ ਉਹਦੇ ਘਰ ਤੱਕ ਪਹੁੰਚੇ ਤੇ ਉਹਨਾਂ ਨੂੰ ਸੁਨੇਹਾ ਲਾ ਕੇ ਬੱਚਾ ਸਾਡੇ ਕੋਲੇ ਲੈ ਕੇ ਆਏ ਨੇ ਤੇ ਪਰਿਵਾਰ ਨੇ ਦੱਸਿਆ ਕਿ ਬੱਚਾ ਜਿਹੜਾ ਹੈਗਾ ਸ਼ੁਰੂ ਤੋਂ ਜਨਮ ਵੇਲੇ ਤੋਂ ਲੈ ਕੇ ਮਤਲਬ ਬਿਮਾਰ ਰਿਹਾ, ਬਿਮਾਰ ਤੋਂ ਬਾਅਦ ਇਹ ਮੈਂਟਲੀ ਡਿਸਟਰਬ ਦੱਸਿਆ ਜਾ ਰਿਹਾ। ਠੀਕ ਨੀ, ਫਿਰ ਵੀ ਜਿਹੜੀ ਵੀਡੀਓ ਆ ਅਸੀਂ ਵੀਡੀਓ ਨੂੰ ਵੀ ਵੇਖ ਲਿਆ, ਵੀਡੀਓ ਦੇ ਤੱਥਾਂ ਨੂੰ ਵਿਚਾਰਦੇ ਹੋਏ ਵੀ ਅਸੀਂ ਉਹਦੇ ਸੰਬੰਧੀ ਵੀ ਪੜਤਾਲ ਕਰਾਂਗੇ, ਪਰ ਮੁੱਢਲੀ ਪੜਤਾਲ ਤੋਂ ਸਿਰਫ ਸਾਨੂੰ ਇੰਨਾ ਪਤਾ ਲੱਗਿਆ ਕਿ ਇਹ ਜਿਹੜਾ ਬੱਚਾ ਮੈਂਟਲੀ ਡਿਸਟਰਬ ਹੈ। ਫਿਰ ਵੀ ਜੇ ਇਹਦੇ ਪਿੱਛੇ ਦੀ ਕੋਈ ਕਹਾਣੀ ਹੋਈ ਤਾਂ ਉਹਦੇ ਬਾਰੇ ਵੀ ਅਸੀਂ ਪੜਤਾਲ ਕਰਾਂਗੇ। ਤੇ ਫਿਲਹਾਲ ਇਹ ਬੱਚਾ ਕਾਫੀ ਘਬਰਾਇਆ ਵੀ ਹੋਇਆ ਔਰ ਦਿਸ ਵੀ ਰਿਹਾ ਵੀ ਇਹ ਨੋਰਮਲ ਬੱਚਾ ਨਹੀਂ ਹੈਗਾ।